ਕਾਫੀ ਪ੍ਰੋਬਲਮਾਂ ਸਾਨੂੰ ਜ਼ਿਆਦੀਆਂ ਸਾਨੂੰ ਆਉਂਦੀਆਂ ਸੀਗੀਆਂ ਅਤੇ ਮੇਰਾ ਤਾਂ ਉਹਨਾਂ ਨੂੰ ਇਹ ਕਹਿਣਾ ਇੱਥੇ ਕਦੇ ਨਾ ਭੁੱਲ ਕੇ ਨਾ ਆਉਣ, ਜੇ ਆਉਣਾ ਤਾਂ ਸਹੀ ਤਰੀਕੇ ਨਾਲ ਆਉਣ, ਵੀਜ਼ਾ ਲਵਾ ਕੇ ਆਉਣ, ਵੀਜ਼ਾ ਲਵਾ ਕੇ ਆਉਣ, ਆਪਣਾ ਆਉਣ ਜਾਣ ਰੱਖਣ, ਠੀਕ ਉਹ 'ਚ ਸੇਫ ਆ ਉਹਨਾਂ ਦਾ। ਮੈਨੂੰ ਇਹ ਦੱਸੋ ਭਾਜੀ ਵੀ ਜਿੱਦਾਂ ਹੁਣ ਕੰਮ ਤੇ ਜਾਂਦੇ ਹੋ ਕੰਸਟਰਕਸ਼ਨ ਦੇ ਕੰਮ ਤੇ, ਜੇ ਸੱਟ ਫੇਟ ਲੱਗਦੀ ਹੈ ਤਾਂ ਉਹਦੇ ਵਾਸਤੇ ਕੋਈ ਫਾਇਦਾ ਕੋਈ ਮਦਦ ਕਰਦਾ ਠੇਕੇਦਾਰ ਜਾਂ ਆਪਣੀ ਜੇਬੋਂ? ਕਈ ਵਾਰ ਤਾਂ ਚੱਕਦੇ ਨਹੀਂ, ਕਿਸੇ ਨੂੰ ਦੇਖਭਾਲ ਨਹੀਂ ਕਰਦੇ, ਵੀ ਆਪਣੇ ਆਪ ਰਿਪੋਰਟ ਕਰਨੀ ਪੈਂਦੀ ਆ, ਫਿਰ ਕਿਤੇ ਹੁੰਦਾ ਹੱਲ। ਪੁਲਿਸ ਨੂੰ ਰਿਪੋਰਟ ਕੇਅਰ ਹੈ, ਹੈਲਥ ਇੰਸ਼ੋਰੈਂਸ ਹੈ, ਉਹ ਕੁਛ ਨਹੀਂ ਮਿਲਦਾ? ਉਹ ਤਾਂ ਮੈਡੀਕਲ 'ਤੇ ਮਿਲਦਾ ਸਾਰੇ ਸੋਰਸ, ਹੋਰ ਪੈਸੇ ਦਿਓ। ਹਾਂਜੀ, ਤੇ ਅਦਰਵਾਈਜ਼ ਠੇਕੇਦਾਰ ਕੋਈ ਕੇਅਰ ਕਰਦਾ? ਉਹ ਕੋਈ ਨਹੀਂ ਕੇਅਰ ਕਰਦਾ, ਨਾ ਚੱਕਦੇ ਨਾ ਕੋਈ ਗੱਲ ਨਾ ਕੋਈ। ਕਿੱਦਾਂ ਵਾਪਰਦੀ ਤੁਹਾਡੇ ਨਾਲ ਪਹਿਲਾਂ? ਵਾਪਰਦੀ ਇਹ ਜੀ, ਕੰਮ ਕਰੀ ਜਾਓ 7-8 ਤੱਕ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੱਕ, 7-8 ਤੱਕ, 7 ਤੱਕ। ਫਿਰ ਪੈਸੇ ਮੰਗੋ, ਪੱਕੇ ਨੇ ਪੈਸੇ ਚੱਲੇ ਅਸੀਂ ਤੁਹਾਡੇ ਕੋਲ ਹੀ ਲੈਣ ਆਇਆ। ਇਹ ਆਪਣੇ ਬੰਦੇ ਕਰਦੇ ਨੇ? ਆਪਣੇ ਬੰਦੇ ਕਰਦੇ, ਦੇਸੀ ਕਰਦੇ ਬੰਦੇ, ਪਾਕਿਸਤਾਨੀ ਚੰਗੇ ਨੇ। ਇੱਥੇ ਕੰਪਨੀਆਂ ਖੋਲੀਆਂ ਨੇ, ਪੈਸੇ ਪਿੰਡ ਭਾਜੀ ਭੇਜੀ ਜਾਂਦੇ ਨੇ, ਆਪਣੀ ਰੋਟੀਆਂ ਬਣਾਈ ਜਾਂਦੇ ਨੇ, ਨਾ ਰੋਟੀ ਖਾਣ ਵੀ ਤੰਗ ਬੈਠੇ ਅਸੀਂ। ਜੇ ਗੁਰਦੁਆਰੇ ਨਾ ਹੋਣ, ਸਾਡਾ ਬਾਹਰ ਜਿਹੜਾ ਚੱਲੇ ਤਾਂ ਅਸੀਂ ਕਿੱਧਰ ਨੂੰ ਜਾਈਏ? ਲੇਬਰ ਕਿੱਧਰ ਨੂੰ ਜਾਵੇ? ਇਹ ਆਖਦੇ ਨੇ ਰੋਟੀ ਗੁਰਦੁਆਰੇ ਖਾਓ ਤਾਂ ਕੰਮ ਸਾਡਾ ਕਰੋ, ਕੰਪਨੀਆਂ ਕਹਿੰਦੇ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦੇ ਆ? ਮੈਨੂੰ ਹੋ ਗਏ 10-12 ਸਾਲ ਹੋ ਗਏ। ਅਤੇ 12 ਸਾਲਾਂ 'ਚ ਕਿੰਨੀ ਕੁ ਵਾਰ ਤੁਹਾਡੇ ਪੈਸੇ ਮਰੇ ਨੇ? ਕਈ ਵਾਰੀ ਮਰੇ ਨੇ, ਲੱਭਦੇ ਹੀ ਨਹੀਂ ਬੰਦੇ, ਹੀ ਨਹੀਂ ਲੱਭਦੇ, ਬੰਦੇ ਹੀ ਨਹੀਂ ਲੱਭਦੇ, ਫੋਨ ਹੀ ਨਹੀਂ ਚੱਕਦੇ, ਫੋਨ ਹੀ ਨਹੀਂ ਚੱਕਦੇ। ਕਦੇ ਕੋਸ਼ਿਸ਼ ਕੀਤੀ ਲੇਬਰ ਡਿਪਾਰਟਮੈਂਟ ਕੋਲ ਜਾ ਕੇ ਸ਼ਿਕਾਇਤ ਕਰਦੇ? ਨਾ, ਅਸੀਂ ਸ਼ਿਕਾਇਤ ਕੋਈ ਸੁਣਦਾ ਹੀ ਨਹੀਂ, ਗਰੀਬ ਦੀ ਬੰਦੇ ਇੱਥੇ ਬੁਖਤੀ ਨਹੀਂ, ਉਹ ਕਹਿੰਦੇ ਕਰ ਲਓ ਜੋ ਕਰਨਾ। ਕਦੇ ਗੁਰਦੁਆਰੇ ਵਾਲਿਆਂ ਨੂੰ ਰਿਕੁਐਸਟ ਕੀਤੀ ਵੀ ਕੋਈ ਵਕੀਲ ਸਾਂਝਾ ਕਰਦੇ ਹੋ ਜਿਹੜੇ ਮੁੰਡੇ ਜਾਂ ਜਿਹੜੇ ਬੰਦੇ ਐਂ ਕੰਮ ਕਰਦੇ? ਨਾ, ਉਹ ਗੁਰਦੁਆਰੇ ਤਾਂ ਇਸ ਕੰਮ 'ਚ ਜਾਂਦੇ ਹੀ ਨਹੀਂ, ਉਹ ਕਹਿੰਦੇ ਸਾਡੀ ਪੁੱਛ ਕੇ ਗਏ, ਦੱਸ ਕੇ ਗਏ, ਦੇਖ ਕਰਕੇ। ਸੋ ਕਾਨੂੰਨੀ ਮਦਦ ਕੋਈ ਨਹੀਂ? ਕਾਨੂੰਨੀ ਮਦਦ ਕੋਈ ਨਹੀਂ, ਰੱਬ ਦਰ 100 'ਚ ਇੱਕ ਬੰਦਾ ਚੰਗਾ ਸਾਡਾ। ਹਾਂਜੀ, 100 'ਚੋਂ ਇੱਕ ਬੰਦਾ ਹੋਵੇਗਾ ਕੰਪਨੀ ਚੰਗਾ। ਪ੍ਰੋਬਲਮ ਆਉਂਦੀ ਹੈਗੀ ਆ, ਕਾਫੀ ਪ੍ਰੋਬਲਮਾਂ ਸਾਨੂੰ ਜ਼ਿਆਦੀਆਂ ਸਾਨੂੰ ਆਉਂਦੀਆਂ ਸੀਗੀਆਂ, ਅਤੇ ਮੇਰਾ ਤਾਂ ਉਹਨਾਂ ਨੂੰ ਇਹ ਕਹਿਣਾ ਇੱਥੇ ਕਦੇ ਨਾ ਭੁੱਲ ਕੇ ਨਾ ਆਉਣ, ਜੇ ਆਉਣਾ ਤਾਂ ਸਹੀ ਤਰੀਕੇ ਨਾਲ ਆਉਣ, ਵੀਜ਼ਾ ਲਵਾ ਕੇ ਆਉਣ, ਵੀਜ਼ਾ ਲਵਾ ਕੇ ਆਉਣ, ਆਪਣਾ ਆਉਣ ਜਾਣ ਰੱਖਣ, ਠੀਕ ਉਹ 'ਚ ਸੇਫ ਆ ਉਹਨਾਂ ਦਾ। ਅਤੇ ਕਦੇ ਕਿਸੇ ਦੀ ਜਾਨੀ ਨੁਕਸਾਨ ਵੀ ਹੋਇਆ ਕਿਸੇ ਦਾ? ਜਾਨੀ ਨੁਕਸਾਨ ਇੱਥੇ ਕਾਫੀ ਹੋ ਜਾਂਦੇ, ਜਿੱਦਾਂ ਹੁਣ ਥੋੜ੍ਹੇ ਦਿਨ ਹੋਏ ਇੱਥੇ ਹੀ ਕੰਮ 'ਤੇ ਗਏ, ਕੰਕਰੀਟ ਪੱਟਣੀ ਸੀਗੀ। ਹਾਂਜੀ, ਇੱਥੇ ਜ਼ਿਆਦਾ ਸੀਮੈਂਟ ਕਹਿੰਦੇ, ਸੀਮੈਂਟ ਪਣੀ ਆਪਾਂ ਕੰਕਰੀਟ ਪੈਂਦੇ ਜਿਹਨਾਂ ਆਪਾਂ ਲੈਂਟਰ ਪਾਉਂਦੇ ਹਾਂ, ਉਹ ਜੈਕ ਹੈਮਰ ਲੱਗਾ ਸੀ ਮੁੰਡਾ ਜਾ ਕੇ ਚਲਾਉਣ, ਗ੍ਰੀਨ ਕਾਰਡ ਸੀ ਹੋਲਡਰ ਉਹਦੇ ਕੋਲ, ਪੱਕਾ ਬੰਦਾ ਸੀ ਉਹ ਪੱਟਣ ਲੱਗਾ ਜਾ ਕੇ, ਤਾਂ ਜਦ ਜੈਕ ਹੈਮਰ ਫੜੇ ਨੂੰ ਅਟੈਕ ਹੋ ਗਿਆ, ਅਤੇ 5-6 ਦਿਨਾਂ ਮਗਰ ਉਹਦੀ ਮੌਤ ਹੋ ਗਈ। ਕੁਛ ਦਿਨ ਪਹਿਲਾਂ ਹੋਇਆ? ਹਾਂ, ਥੋੜ੍ਹੇ ਹੁਣ 5-6 ਦਿਨ ਹੋ ਗਿਆ, ਮਤਲਬ 5-6 ਦਿਨ ਜੀਂਦਾ ਰਿਹਾ। ਮਰਦਾ ਸੀ ਉਹ? ਉਮਰ ਤਾਂ ਮੈਂ ਨਹੀਂ ਜਾਣੀ, ਮੈਨੂੰ ਦੱਸਿਆ ਉਹਨਾਂ ਦੇ ਨਾਲ ਕੰਮ 'ਤੇ, ਦੂਜੇ ਦਿਨ ਮੈਂ ਫਿਰ ਗਿਆ ਉੱਥੇ। ਅੱਛਾ, ਉੱਥੇ ਵੀ ਜਾ ਕੇ ਜਦੋਂ ਜੈਕ ਹੈਮਰ ਚਲਾਇਆ ਫਿਰ ਜਾ ਕੇ, ਅਤੇ ਉਹ ਉਹਨਾਂ ਨੇ ਦੱਸਿਆ ਇੱਥੇ ਕੱਲ੍ਹ ਹੀ ਕੰਮ ਲੱਗੇ ਸੀ ਕਰਨ, ਅਤੇ ਇੱਥੇ ਕੱਲ੍ਹ ਮੁੰਡੇ ਨੂੰ ਬੰਦੇ ਨੂੰ ਅਟੈਕ ਹੋ ਗਿਆ, ਅਤੇ ਉਹਦਾ ਪਤਾ ਨਹੀਂ ਬਚੇ ਕਿ ਨਾ ਬਚੇ। ਫਿਰ ਜਾ ਹੁਣ 2-3 ਦਿਨ ਹੋ ਗਿਆ, ਹੁਣ ਸਾਨੂੰ ਪਤਾ ਲੱਗ ਗਿਆ ਕਿ ਉਹ ਬੰਦੇ ਦੀ ਮੌਤ ਹੋ, ਡੈਥ ਹੋ ਗਈ ਉਹਦੀ।